ਬਲੇਟਨ ਵਿੱਚ ਤੁਹਾਡਾ ਸਵਾਗਤ ਮੈਂ ਰਮਨ ਸਿੱਧੂ ਅੱਜ ਦੇ ਬਲੇਟਨ ਵਿੱਚ ਨਜ਼ਰ ਮਾਰਾਂਗੇ ਭਾਰਤ ਨਾਲ ਜੁੜੀ ਹਰ ਵੱਡੀ ਤੇ ਐਹਮ ਖਬਰ ਤੇ ਸ਼ੁਰੂ ਕਰਦੇ ਹਾਂ ਅੱਜ ਦੀਆਂ ਮੁੱਖ ਖਬਰਾਂ ਨਾਲ ਰਾਹੁਲ ਗਾਂਧੀ ਨੇ ਕਿਹਾ ਭਾਜਪਾ ਨੇ ਰੁਜ਼ਗਾਰ ਦੇ ਮੌਕੇ ਖੋ ਕੇ ਨੌਜਵਾਨਾਂ ਨੂੰ ਡੋਂਕੀ ਲਈ ਮਜਬੂਰ ਕੀਤਾ ਪੱਛਮੀ ਬੰਗਾਲ 'ਚ ਮਾਲਗੱਡੀ ਦੇ 5 ਡੱਬੇ ਲੀਹੋ ਲਥੇ ਬਦਲਾਪੁਰ ਏਜੰਸੀ ਸੋਸ਼ਲ ਮਾਮਲਾ 'ਚ ਮੁਲਜ਼ਮ ਦੀ ਮੌਸਮੰਦੀ ਜਾਂਚ ਕਰੇਗੀ ਸੀਆਈਡੀ ਕੇਂਦਰ ਸਰਕਾਰ ਕਿਸਾਨਾਂ ਨਾਲ ਐਮਐਸਪੀ ਬਾਰੇ ਕਰੇਗੀ ਗੱਲਬਾਤ ਪੰਜਾਬ ਦੀ ਕਰਜ਼ਾ ਹੱਦ ਦੀ ਬਹਾਲੀ ਨੂੰ ਕੇਂਦਰ ਵੱਲੋਂ ਹੰਗਾਰਾ ਨਸ਼ੇ ਲਈ ਪੈਸੇ ਨਾ ਮਿਲਣ ਤੇ ਪੁੱਤ ਵੱਲੋਂ ਪਿਤਾ ਦੀ ਕੋਟਮਾਰ ਜੈਸ਼ੰਕਰ ਵੱਲੋਂ ਜੀ4 ਦੇ ਦੇਸ਼ਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਤਿਰਪੁਰਾਜ ਦੇ 500 دہشتਗਰਦਾਂ ਨੇ ਕੀਤਾ ਆਤਮ ਸਮਰਪਣ ਹੁਣ ਖਬਰਾਂ ਵਿਸਥਾਰ ਨਾਲ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਕਿਹਾ ਕਿ ਭਾਜਪਾ ਨੇ ਰੁਜ਼ਗਾਰ ਦੇ ਮੌਕੇ ਖੋ ਕੇ ਹਰਿਆਣਾ ਸਣੀ ਦੇਸ਼ ਦੇ ਨੌਜਵਾਨਾਂ ਨਾਲ ਵੱਡੀ ਬੇਇਨਸਾਫੀ ਕੀਤੀ ਹੈ। ਉਹਨਾਂ ਕਿਹਾ ਕਿ ਨੌਜਵਾਨਾਂ ਨੂੰ ਡੋਂਗੀ ਲਾ ਕੇ ਵਿਦੇਸ਼ ਜਾਣ ਵਾਸਤੇ ਮਜਬੂਰ ਕੀਤਾ ਜਾ ਰਿਹਾ ਹੈ। ਸ਼੍ਰੀ ਗਾਂਧੀ ਨੇ ਆਪਣੀ ਹਾਲੀਆ ਅਮਰੀਕਾ ਫੇਰੀ ਦੌਰਾਨ ਹਰਿਆਣਾ ਨਾਲ ਸੰਬੰਧਿਤ ਕੁਝ ਪ੍ਰਵਾਸੀਆਂ ਨਾਲ ਮੁਲਾਕਾਤ ਕਰਦਿਆਂ ਇਹ ਟਿੱਪਣੀਆਂ ਕੀਤੀਆਂ। ਸ਼੍ਰੀ ਗਾਂਧੀ ਨੇ ਕਿਹਾ ਹਰਿਆਣਾ ਦੇ ਨੌਜਵਾਨਾਂ ਨੇ ਡੌਂਗੀ ਵਾਲਮੂ ਕਿਉਂ ਕੀਤਾ ਗੈਰ ਕਾਨੂੰਨੀ ਤਰੀਕੇ ਨਾਲ ਪਰਵਾਸ ਕਰਨ ਦੀ ਤਕਨੀਕ ਨੂੰ ਡੌਂਗੀ ਕਿਹਾ ਜਾਂਦਾ ਹੈ ਸ਼੍ਰੀ ਗਾਂਧੀ ਨੇ ਕਿਹਾ ਲੱਖਾਂ ਪਰਿਵਾਰਾਂ ਨੂੰ ਭਾਜਪਾ ਵੱਲੋਂ ਫੈਲਾਈ ਬੇਰੁਜ਼ਗਾਰੀ ਦੇ ਰੋਗ ਦੀ ਕੀਮਤ ਆਪਣੇ ਨੇੜਿਆਂ ਨੂੰ ਖੋਤੋਂ ਦੂਰ ਭੇਜ ਕੇ ਤਾਰਨੀ ਪੈ ਰਹੀ ਹੈ ਰਾਹੁ ਗਾਂਧੀ ਨੇ ਕਿਹਾ ਅਮਰੀਕਾ ਦੀ ਫੇਰੀ ਦੌਰਾਨ ਮੈਨੂੰ ਹਰਿਆਣਾ ਦੇ ਕਈ ਨੌਜਵਾਨ ਮਿਲੇ ਜਿਨ੍ਹਾਂ ਨੂੰ ਆਪਣੇ ਪਰਿਵਾਰਾਂ ਤੋਂ ਦੂਰ ਵਿਦੇਸ਼ ਵਿੱਚ ਸੰਘਰਸ਼ ਕਰਨਾ ਪੈ ਰਿਹਾ ਹੈ ਦੇਸ਼ ਵਾਪਸੀ ਤੇ ਜਦੋਂ ਇਹਨਾਂ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲਿਆ ਤਾਂ ਉਹਨਾਂ ਦੀਆਂ ਅੱਖਾਂ ਦੁੱਖ ਤੇ ਪੀੜ ਨਾਲ ਭਰੀਆਂ ਸਨ ਮੌਕਿਆਂ ਦੀ ਘਾਟ ਨੇ ਬੱਚਿਆਂ ਤੋਂ ਉਹਨਾਂ ਦੇ ਪਿਤਾ ਦਾ ਸਹਾਰਾ ਤੇ ਬਜ਼ੁਰਗਾਂ ਤੋਂ ਉਹਨਾਂ ਦੇ ਬੁਢਾਪੇ ਦਾ ਸਹਾਰਾ ਖੋ ਲਿਆ ਰਾਹੁਲ ਗਾਂਧੀ ਨੇ ਲੰਗੇ ਸੁ ਪਰਿਵਾਰ ਨੂੰ ਹਰਿਆਣਾ ਦੇ ਕਰਨਾਲ ਵਿੱਚ ਅਜਿਹੀ ਇੱਕ ਨੌਜਵਾਨ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ ਸੀ ਸ਼੍ਰੀ ਗਾਂਧੀ ਅਮਰੀਕਾ ਫੇਰੀ ਦੌਰਾਨ ਇਸ ਨੌਜਵਾਨ ਨੂੰ ਮਿਲੇ ਸਾਂ ਜੋ ਇੱਕ ਹਾਦਸੇ ਵਿੱਚ ਚੱਕ ਮੇ ਹੋ ਗਿਆ ਸੀ ਪੱਛਮੀ ਬੰਗਾਲ ਦੇ ਜਲਪਾਈਗੁੜੀ ਜ਼ਿਲ੍ਹੇ 'ਚ ਨਿਊ ਮੈਨਾਗੁੜੀ ਰੇਲਵੇ ਸਟੇਸ਼ਨ ਤੇ ਖਾਲੀ ਮਾਲ ਗੱਡੀ ਦੇ 5 ਡੱਬੇ ਲੀਤੋਂ ਉਤਰ ਗਏ ਉੱਤਰ ਪੂਰਬ ਫਰੰਟੀਅਰ ਰੇਲਵੇ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਕਿ ਇਹ ਘਟਨਾ ਸਵੇਰੇ 6:20 ਮਿੰਟ ਤੇ ਵਾਪਰੀ ਹੈ ਜਿਸ ਵਿੱਚ ਕੋਈ ਵੀ ਜ਼ਖਮੀ ਨਹੀਂ ਹੋਇਆ ਗੁਹਾਟੀ ਤੋਂ ਆ ਰਹੀ ਇਹ ਮਾਲ ਗੱਡੀ ਸਲੀਗੁੜੀ ਨੇੜੇ ਨਿਊ ਜਲਪਾਈਗੁੜੀ ਸਟੇਸ਼ਨ ਵੱਲ ਜਾ ਰਹੀ ਸੀ ਅਲੀਪੁਰਦואר ਦੇ ਡਿਵੀਜ਼ਨਲ ਰੇਲਵੇ ਮੈਨੇਜਰ ਅਮਰਜੀਤ ਗੋਤਮ ਨੇ ਦੱਸਿਆ ਕਿ ਇਸ ਮਾਰਗ 'ਤੇ 12:30 ਵਜੇ ਤੱਕ ਰੇਲ ਗੱਡੀਆਂ ਦੀ ਆਵਾਜ਼ ਜਾਈ ਅੰਸ਼ਕ ਤੌਰ 'ਤੇ ਬਹਾਲ ਕਰ ਦਿੱਤੀ ਗਈ ਹੈ। ਉਨ੍ਹਾਂ ਆਖਿਆ ਕਿ ਨੁਕਸਾਨੇ ਗਏ ਡੱਬਿਆਂ ਨੂੰ ਲੀ ਦੇ ਨੇੜੇੋਂ ਪਾਸੇ ਕੀਤਾ ਜਾ ਰਿਹਾ ਹੈ ਤੇ ਇਹ ਕੰਮ ਪੂਰਾ ਹੋਣ ਤੋਂ ਬਾਅਦ ਪਟੜੀ ਦੇ ਉੱਪਰੋਂ ਲੰਘਦੀਆਂ ਤਾਰਾਂ ਨੂੰ ਠੀਕ ਕਰ ਮਗਰੋਂ ਰੇਲ ਗੱਡੀਆਂ ਦੀ ਆਵਾਜ਼ ਜਾਈ ਆਮ ਬੰਗ ਬਹਾਲ ਹੋ ਜਾਵੇਗੀ। ਉੱਤਰਪੂਰਬ ਫਰੰਟੀਅਰ ਦੇ ਇੱਕ ਹੋਰ ਅਧਿਕਾਰੀ ਨੇ ਦੱਸਿਆ ਕਿ ਘਟਨਾ ਤੋਂ ਕਈ ਰੇਲ ਗੱਡੀਆਂ ਦੇ ਰੂਟ ਬਦਲਿਆ ਗਿਆ ਹੈ ਅਧਿਕਾਰੀ ਮੁਤਾਬਕ ਡੱਬਿਆਂ ਦੇ ਪਟੜੀ ਤੋਂ ਉਤਰਨ ਕਾਰਨ ਉੱਥੇ ਬਿਜਲੀ ਦੀਆਂ ਤਾਰਾਂ ਦੇ ਕੁਝ ਖੰਭੇ ਨੁਕਸਾਨੇ ਗਏ ਨੇ ਉਹਨਾਂ ਦੱਸਿਆ ਕਿ ਘਟਨਾ ਵਾਲੀ ਜਗ੍ਹਾ ਤੇ ਪੰਜ ਪਟੜੀਆਂ ਨੇ ਤੇ ਉਹਨਾਂ ਵਿੱਚੋਂ ਕੁਝ ਤੇ ਰੇਲ ਆਵਾਜਾਈ ਚ ਵੇਗਨ ਪਿਆ ਹੈ ਮਹਾਰਾਸ਼ਟਰ ਦੇ ਅਪਰਾਧ ਜਾਂਚ ਵਿਭਾਗ ਵੱਲੋਂ ਬਦਲਾਪੁਰ ਕਸਬੇ ਦੇ ਸਕੂਲ ਵਿੱਚ ਦੋ ਬੱਚੀਆਂ ਦੇ ਜਿਨਸੀ ਸ਼ੋਸ਼ਣ ਕੇਸ ਵਿੱਚ ਮੁਲਜ਼ਮ ਆਕਸ਼ੇਸ਼ ਸਿੰਦੇ ਦੀ ਮੌਤ ਹੋਣ ਦੀ ਮਾਮਲੇ ਦੀ ਜਾਂਚ ਕੀਤੀ ਜਾਵੇਗੀ ਇਸੇ ਦੌਰਾਨ ਥਾਣੇ ਪੁਲਿਸ ਨੇ ਪੁਲਿਸ ਮੁਲਾਜ਼ਮਾ ਤੇ ਗੋਲੀਬਾਰੀ ਕਰਨ ਕਾਰਨ ਆਕਸ਼ੇ ਖਿਲਾਫ ਹੱਤਿਆ ਦੀ ਕੋਸ਼ਿਸ਼ ਦਾ ਮਾਮਲਾ ਦਰਜ ਕੀਤਾ ਹੈ ਇਸ ਦੇ ਨਾਲ ਹੀ ਮਲਜ਼ਮ ਦੀ ਅਚਾਨਕ ਮੌਤ ਦਾ ਮਾਮਲਾ ਵੀ ਮੁੰਬਰਾ ਥਾਣੇ ਵਿੱਚ ਦਰਜ ਕੀਤਾ ਗਿਆ ਹੈ ਪੁਲਿਸ ਨੇ ਦੋਸ਼ ਲਾਇਆ ਹੈ ਕਿ ਸ਼ਿੰਦੇ ਨੇ ਪੁਲਿਸ ਮੁਲਾਜ਼ਮਾ ਤੇ ਜਾਨਲੇਵਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਸੀ ਇਹਨਾਂ ਦੋਹਾਂ ਮਾਮਲਿਆਂ ਦੀ ਜਾਂਚ ਵੀ ਥਾਣੇ ਪੁਲਿਸ ਕਰ ਰਹੀ ਹੈ ਅਧਿਕਾਰੀਆਂ ਨੇ ਦੱਸਿਆ ਹੈ ਕਿ ਫੋਰੈਂਸਿਕ ਮਾਹਿਰਾਂ ਦੀ ਟੀਮ ਨੇ ਉਸ ਪੁਲਿਸ ਵਾਹਨ ਦੀ ਜਾਂਚ ਕੀਤੀ ਜਿਸ ਵਿੱਚ ਸੋਮਵਾਰ ਸ਼ਾਮ ਨੂੰ ਪੁਲਿਸ ਮੁਲਾਜ਼ਮ ਨੇ ਸ਼ਿੰਦੇ ਨੂੰ ਗੋਲੀ ਮਾਰੀ ਸੀ ਸ਼ਿੰਦੇ ਤੇ ਥਾਣਾ ਜ਼ਿਲ੍ਹੇ ਦੇ ਬਦਲਾਪੁਰ ਦੇ ਸਕੂਲ ਵਿੱਚ ਦੋ ਬੱਚਿਆਂ ਦੇ ਜਿੰਸੀ ਸ਼ੋਸ਼ਣ ਦਾ ਦੋਸ਼ੀ ਇਸੇ ਸਕੂਲ ਦੇ ਸਫਾਈ ਕਰਮੀ ਸ਼ਿੰਦੇ ਨੂੰ ਇਸ ਘਟਨਾ ਦੇ 5 ਦਿਨ ਮਗਰੋਂ 17 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਧਿਕਾਰੀਆਂ ਦਾ ਦਾਵਾ ਸੀ ਕਿ ਸ਼ਿੰਦੇ ਨੂੰ ਸੋਮਵਾਰ ਨੂੰ ਇੱਕ ਹੋਰ ਮਾਮਲੇ ਦੀ ਜਾਂਚ ਮੰਗੀ ਜਦੋਂ ਤਲੋਜ਼ਾ جیل ਤੋਂ ਬਦਲਾਪੁਰ ਲਿਜਾਇਆ ਜਾ ਰਿਹਾ ਸੀ ਤਾਂ ਉਸਨੇ ਪੁਲਿਸ ਮਲਾਜ਼ਮਾਂ 'ਚੋਂ ਇੱਕ ਦੀ ਪਿਸਤੌਲ ਖੋ ਕੇ ਗੋਲੀ ਚਲਾ ਦਿੱਤੀ ਤਾਂ ਜਵਾਬੀ ਗੋਲੀਬਾਰੀ 'ਚ ਉਹ ਮਾਰਿਆ ਗਿਆ ਹਾਲਾਂਕਿ ਆਕਸ਼ੇਂ ਸ਼ਿੰਦੇ ਦੀ ਮਾਂ ਤੇ ਰਿਸ਼ਤੇਦਾਰਾਂ ਨੇ ਇਸ ਥਿਊਰੀ ਨੂੰ ਰੱਦ ਕਰਦਿਆਂ ਪੁਲਿਸ 'ਤੇ ਉਸ ਨੂੰ ਫਰਜ਼ੀ ਮੁਕਾਬਲੇ ਵਿੱਚ ਮਾਰਨ ਦੇ ਦੋਸ਼ ਲਗਾਏ ਨੇ ਉਧਰ ਜੀ ਜੀ ਹਸਪਤਾਲ ਨੇ ਪੋਸਟਮਾਰਟਮ ਅੰਗਰੋਂ ਸ਼ਿੰਦੇ ਦੀ ਲਾਸ਼ ਪੁਲਿਸ ਸੁਵਾਲੇ ਕਰ ਦਿੱਤੀ ਹੈ ਇਸ ਦੌਰਾਨ ਸ਼ਿਵ ਸੈਨਾ کارਕੁਨਾ ਨੇ शिंदे ਦੀ ਮੌਤ ਦੇ ਜਸ਼ਨ ਵਿੱਚ ਪਟਾਕੇ ਚਲਾਏ ਤੇ ਮਠਿਆਈਆਂ ਵੰਡੀਆਂ ਉਧਰ ਅਕਸ਼ੇਸ਼ शिंदे ਦੇ ਪਿਤਾ ਅੰਨਾ शिंदे ਨੇ ਆਪਣੇ ਪੁੱਤਰ ਦੇ ਫਰਜ਼ੀ ਮੁਕਾਬਲੇ ਖਿਲਾਫ ਬੰਬੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ ਤੇ ਮੌਤ ਦੀ ਜਾਂਚ ਵਿਸ਼ੇਸ਼ ਜਾਂਚ ਟੀਮ ਤੋਂ ਕਰਵਾਉਣ ਦੀ ਮੰਗ ਕੀਤੀ ਹੈ ਕੇਂਦਰ ਸਰਕਾਰ ਨੇ ਘੱਟੋ ਘੱਟ ਸਮਰਥਨ ਮੁੱਲ ਬਾਰੇ ਤੋਖ ਲਿਆ ਸਣੀ ਹੋਰ ਬਕਾਇਆ ਮੁੱਦਿਆਂ ਦੇ ਚਰਚਾ ਤੇ ਉਹਨਾਂ ਦੇ ਹੱਲ ਲਈ ਕਿਸਾਨਾਂ ਨਾਲ ਗੱਲਬਾਤ ਸ਼ੁਰੂ ਕੀਤੀ ਹੈ ਸੰਵਾਦ ਦੇ ਸ਼ੁਰੂਆਤੀ ਗੇੜ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਨੇ ਕਿਸਾਨ ਡੈਲੀਗੇਟਾਂ ਤੇ ਆਗੂਆਂ ਨਾਲ ਮੁਲਾਕਾਤ ਕੀਤੀ ਚੋਹਾਨ ਨੇ ਵਾਅਦਾ ਕੀਤਾ ਹੈ ਕਿ ਕਿਸਾਨਾਂ ਦੇ ਮੁੱਦਿਆਂ ਦਾ ਹੱਲ ਹੋਣ ਤੱਕ ਲੰਮੀ ਤੇ ਇਤਵਾਰੀ ਚਰਚਾ ਦੀ ਲੜੀ ਚੱਲੀ ਚੱਲੇਗੀ ਚੋਹਾਨ ਨੇ ਕਿਹਾ ਹੈ ਕਿ ਐਮਐਸਪੀ ਪ੍ਰਣਾਲੀ ਨੂੰ ਮਜ਼ਬੂਤ ਕਰਨ ਸੰਬੰਧੀ ਸੁਝਾਅ ਮਿਲੇ ਨੇ ਜਿਸ ਤੇ ਨਜ਼ਰਸਾਨੀ ਕੀਤੀ ਜਾਵੇਗੀ। ਕੇਂਦਰੀ ਮੰਤਰੀ ਨੇ ਹਰ ਮੰਗਲਵਾਰ ਨੂੰ ਦੇਸ਼ ਭਰ ਤੋਂ ਕਿਸਾਨ ਡੈਲੀਗੇਟਾਂ ਨੂੰ ਮਿਲਣ ਦਾ ਫੈਸਲਾ ਕੀਤਾ ਹੈ। ਮੀਟਿੰਗ 'ਚ ਸ਼ੰਭੂ ਬਾਰਡਰ ਤਰਨੇ ਤੇ ਬੈਠੀਆਂ ਕਿਸਾਨ ਯੂਨੀਅਨਾਂ ਦਾ ਕੋਈ ਵੀ ਨੁਮਾਇੰਦਾ ਮੌਜੂਦ ਨਹੀਂ ਸੀ। ਆਈਐਸਏਆਰ ਦੇ ਪੀਐਸਯੂਏ ਕੰਪਲੈਕਸ ਵਿੱਚ ਹੋਈ ਬੈਠਕ ਵਿੱਚ ਲਗਭਗ 50 ਕਿਸਾਨ ਆਗੂ ਸ਼ਾਮਲ ਸਨ। ਜੋ ਆਨੇ ਕਿ ਹੈ ਕਿ ਗਲਬਾਦ ਦਾ ਪਹਿਲਾ ਗੇਟ ਸੀ ਤੇ ਕਿਸਾਨਾਂ ਨੇ ਫਸਲ ਬੀਮਾ ਸਕੀਮ ਤੇ ਐਮਐਸਪੀ ਸਵੰਦੀ ਮੁੱਦੇ ਉਠਾਏ ਨੇ ਬੈਠਾ ਚਾ ਯੂਪ ਉਤਰਾਖੰਡ ਪੰਜਾਬ ਹਰਿਆਣਾ ਤੇ ਮਹਾਰਾਸ਼ਟਰ ਤੋਂ ਬੀਕੇਯੂ ਦੇ ਨੁਮਾਇੰਦੇ ਸ਼ਾਮਲ ਹੋਏ ਵਿੱਤੀ ਸੰਕਟ ਚੱਲ ਰਹੀ ਪੰਜਾਬ ਸਰਕਾਰ ਲਈ ਰਾਹਤ ਵਾਲਾ ਸੁਨੇਹਾ ਹੈ ਕਿ ਕੇਂਦਰ ਸਰਕਾਰ ਨੇ ਪੰਜਾਬ ਦੀ ਕਰਜ਼ਾ ਹੱਦ ਬਹਾਲ ਕਰਨ ਦਾ ਹੰਗਾਰਾ ਭਰਿਆ ਹੈ ਪੰਜਾਬ ਸਰਕਾਰ ਨੇ ਕੇਂਦਰ ਤੋਂ ਸੂਬੇ ਦੀ ਕਰਜ਼ਾ ਹੱਦ ਵਿੱਚ 10000 ਕਰੋੜ ਰੁਪਏ ਦੇ ਵਾਧੇ ਦੀ ਮੰਗ ਕੀਤੀ ਸੀ ਪੰਜਾਬ ਦੇ ਚਾਲੂ ਵਿੱਤੀ ਬਰੇ ਵਿੱਚ ਕਰਜ਼ਾ ਲੈਣ ਦੀ ਹੱਦ 30464 ਕਰੋੜ ਰੁਪਏ ਹੈ ਸੂਬਾ ਸਰਕਾਰ ਇਸ ਪ੍ਰਵਾਨਿਤ ਸੀਮਾ ਤੋਂ ਵੱਧ 10000 ਕਰੋੜ ਰੁਪਏ ਦੀ ਕਰਜ਼ਾ ਹੱਦ ਵਧਾਉਣਾ ਚਾਹੁੰਦੀ ਹੈ ਕੇਂਦਰ ਸਰਕਾਰ ਨੇ ਪਾਵਰ ਕਾਮ ਦੇ ਵਿੱਤੀ ਘਾਟਿਆਂ ਦੇ ਹਵਾਲੇ ਨਾਲ ਸੂਬਾ ਸਰਕਾਰ ਦੀ ਕਰਜ਼ਾ ਹੱਦ ਵਿੱਚ 288 ਕਰੋੜ ਰੁਪਏ ਦੀ ਕਟੌਤੀ ਕੀਤੀ ਸੀ ਕੇਂਦਰ ਦਾ ਤਰਕ ਸੀ ਕਿ ਕੇਂਦਰੀ ਉਦੇਸ਼ਕੀਮ ਜਿਸ ਤਹਿਤ ਬਿਜਲੀ ਸੁਧਾਰ ਕੀਤੇ ਜਾਣੇ ਸਨ ਨੂੰ ਅਡਾਪਟ ਕਰਨ ਦੇ ਬਾਵਜੂਦ ਪਾਵਰਕਾਮ ਨੂੰ ਸਾਲ 2022-23 ਵਿੱਚ 4776 ਕਰੋੜ ਦਾ ਵਿੱਤੀ ਘਾਟਾ ਪਿਆ ਉਦੇਸ਼ਕੀਮ ਸਾਲ 2016 ਵਿੱਚ ਸ਼ੁਰੂ ਹੋਈ ਸੀ ਜੋ 5 ਵਰਿਆਂ ਲਈ ਸੀ ਉਦੋਂ ਸੂਬਾ ਸਰਕਾਰ ਨੂੰ ਪਾਵਰਕਾਮ ਦੇ ਵਿੱਤੀ ਨੁਕਸਾਨ ਦਾ 50% ਚੱਲਣ ਲਈ ਕਿਹਾ ਗਿਆ ਸੀ ਕੇਂਦਰੀ ਬਿਜਲੀ ਮੰਤਰਾਲੇ ਨੇ ਹੁਣ 23 ਸਤੰਬਰ ਨੂੰ ਕੇਂਦਰੀ ਵਿੱਤ ਮੰਤਰਾਲੇ ਨੂੰ ਪੱਤਰ ਲਿਖਿਆ ਪੱਤਰ ਵਿੱਚ ਕਿਹਾ ਗਿਆ ਹੈ ਕਿ ਪਾਵਰਕਾਮ ਵੱਲੋਂ ਪੇਸ਼ ਪੱਖ ਦੇ ਮੱਦੇ ਨਜ਼ਰ ਹੁਣ ਪੰਜਾਬ ਸਰਕਾਰ ਦੀ ਕਰਜ਼ਾ ਹੱਦ 'ਚ ਕਟੌਤੀ ਦੀ ਬਹਾਲੀ ਨੂੰ ਮਨਜ਼ੂਰੀ ਦੇਣ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ। ਕੇਂਦਰੀ ਵਿੱਤ ਮੰਤਰਾਲੇ ਨੇ 20 ਮਾਰਚ 2024 ਨੂੰ ਬਿਜਲੀ ਮੰਤਰਾਲੇ ਨੂੰ ਪੱਤਰ ਲੇਕ ਕੇ ਪਾਵਰਕਾਮ ਨੂੰ ਪਏ ਘਾਟੇ ਬਾਰੇ ਜਾਣੂ ਕਰਵਾਇਆ ਸੀ। ਉਸ ਮਗਰੋਂ ਪੰਜਾਬ ਸਰਕਾਰ ਦੇ ਬਿਜਲੀ ਵਿਭਾਗ ਨੇ 5 ਅਪ੍ਰੈਲ 2024 ਨੂੰ ਪੱਤਰ ਲੇਕ ਕੇ ਆਪਣਾ ਪੱਕੇ ਪੇਸ਼ ਕੀਤਾ ਸੀ ਸੂਬਾ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਜਦੋਂ ਸਾਲ 2022-23 ਚ ਪਾਵਰ ਕਾਮ ਘਾਟੇ ਵਿੱਚ ਗਿਆ ਸੀ ਉਸ ਤੋਂ ਪਹਿਲਾਂ ਹੀ ਉਦੇਸ਼ ਸਕੀਮ ਦਾ 5 ਸਾਲ ਦਾ ਸਮਾਂ ਸਮਾਪਤ ਹੋ ਚੁੱਕਾ ਸੀ ਇਹ ਵਜਾ ਵੀ ਦੱਸੀ ਗਈ ਕਿ ਸਾਲ 2022-23 ਦੇ ਵਿੱਤੀ ਘਾਟੇ ਦਾ ਮੂਲ ਕਾਰਨ ਪਿਛਲੇ ਵਿੱਤੀ ਬਰੇ ਦੇ ਮੁਕਾਬਲੇ ਕੋਲੇ ਤੇ ਬਿਜਲੀ ਖਰੀਦ ਦੇ ਖਰਚਿਆਂ ਵਿੱਚ 72557 ਕਰੋੜ ਦਾ ਵਾਧਾ ਹੋਣਾ ਸੀ ਪਿੰਡ ਸਮਾਦਪਾਈ ਵਿੱਚ ਪੁੱਤ ਨੂੰ ਨਸ਼ੇ ਲਈ ਪੈਸੇ ਨਾ ਮਿਲਣ ਤੇ ਉਸਨੇ ਆਪਣੇ ਪਿਤਾ ਦੀ ਕੁੱਟਮਾਰ ਕੀਤੀ। ਥਾਣਾ ਬਾਗਾਪੁਰਾਣਾ ਮੁਖ ਇੰਸਪੈਕਟਰ ਜਸਵਿੰਦਰ ਸਿੰਘ ਨੇ ਕਿਹਾ ਕਿ ਮਲਜ਼ਮ ਖਿਲਾਫ ਪੀਐਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪਰ ਘਰ ਤੋਂ ਫਰਾਰ ਹੋਣ ਕਾਰਨ ਉਸ ਦੀ ਗ੍ਰਿਫਤਾਰੀ ਨਹੀਂ ਹੋ ਸકી। ਪੁਲਿਸ ਮੁਤਾਬਕ ਦੁਖੀ ਪਿਤਾ ਨੇ ਦੱਸਿਆ ਕਿ ਉਹ ਪਿੰਡ ਵਿੱਚ ਧਾਰਮਿਕ ਸਮਾਗਮ ਵਿੱਚ ਗਿਆ ਸੀ ਉੱਥੇ ਉਸ ਦਾ ਪੁੱਤਰ ਵੀ ਪਹੁੰਚ ਗਿਆ ਤੇ ਨਸ਼ਾ ਦੀ ਪੂਰਤੀ ਲਈ 3000 ਰੁਪਏ ਦੀ ਮੰਗ ਕੀਤੀ ਪਿਤਾ ਨੇ ਪੁੱਤਰ ਨੂੰ ਘਰ ਆ ਕੇ ਪੈਸੇ ਦੇਣ ਲਈ ਕਿਹਾ ਸਮਾਗਮ ਮੰਗਰੋ ਜਦੋਂ ਉਹ ਘਰ ਪੁੱਜਿਆ ਤਾਂ ਉਸ ਦੇ ਪੁੱਤਰ ਨੇ ਉਸ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ ਉਹ ਪਿਤਾ ਦੀ ਕੁੱਟਮਾਰ ਕਰਕੇ ਉਸ ਦੀ ਜੇਬ ਵਿੱਚੋਂ 2000 ਰੁਪਏ ਕੱਢ ਕੇ ਫਰਾਰ ਹੋ ਗਿਆ ਇਸ ਮੌਕੇ ਪਰਿਵਾਰਕ ਮੈਂਬਰਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਵਿਦੇਸ਼ ਮੰਤਰੀ ਐਸੁਜੈ ਸ਼ਾਂਕਰ ਨੇ G4 ਦੇ ਮੁਲਕਾਂ ਦੇ ਵਿਦੇਸ਼ ਮੰਤਰੀਆਂ ਨਾਲ ਮੁਲਾਕਾਤ ਕੀਤੀ ਤੇ ਲਿਖਤੀ ਦਸਤਾਵੇਜ਼ ਆਧਾਰਿਤ ਵਾਰਤਾ ਰਾਹੀਂ ਸੰਯੁਕਤ ਰਾਸ਼ਟਰ ਸੁਰੱਖਿਆ ਕੌਂਸਲ ਚ ਤੁਰੰਤ ਸੁਧਾਰ ਲਈ ਇਸ ਸਮੂਹ ਦੀ ਪ੍ਰਤੀਵਾਦਤਾ ਦੁਹਰਾਈ ਲਿਖਤੀ ਦਸਤਾਵੇਜ਼ ਆਧਾਰਿਤ ਵਾਰਤਾ ਤੋਂ ਭਾਵ ਕਿਸੇ ਸਮਝੌਤੇ ਦੀ ਅਜੇਹੀ ਵਿਸ਼ਾ ਵਸਤੂ ਤਿਆਰ ਕਰਨ ਦੀ ਪ੍ਰਕਿਰਿਆ ਤੋਂ ਹੈ ਜੈਸ ਨੂੰ ਸਵੀਕਾਰ ਕਰਨ ਤੇ ਜਿਸ ਤੇ ਸਾਈਨ ਕਰ ਲਈ ਸਾਰੀਆਂ ਧਿਰਾਂ ਸਹਿਮਤ ਹੋਣ ਜੀ 4 ਮੁਲਕਾਂ ਜੋ ਬ੍ਰਾਜ਼ੀਲ ਜਰਮਨੀ ਭਾਰਤ ਤੇ ਜਾਪਾਨ ਸ਼ਾਮਲ ਨੇ ਅਧਿਕਾਰਤ ਯਾਤਰਾ ਦੇ ਅਮਰੀਕਾ ਆਏ ਜੈ ਸ਼ੰਕਰ ਨੇ ਸੰਯੁਕਤ ਰਾਸ਼ਟਰ ਆਮ ਸਭਾ ਦੇ 79ਵੇਂ ਸੈਸ਼ਨ ਦੇ ਇੱਕ ਪਾਸੇ ਜਾਪਾਨ ਦੀ ਵਿਦੇਸ਼ ਮੰਤਰੀ ਜੋਕੋ ਕਾਮਿਕਾਵਾ ਜਰਮਨੀ ਦੀ ਵਿਦੇਸ਼ ਮੰਤਰੀ ਐਨਾ ਲੈਨਾ ਤੇ ਬ੍ਰਾਜ਼ੀਲ ਦੇ ਵਿਦੇਸ਼ ਮੰਤਰੀ ਨਾਲ ਮੁਲਾਕਾਤ ਕੀਤੀ जय शंकर ਨੇ ਕਿਹਾ ਭਾਰਤ ਸੁਰੱਖਿਆ ਕੌਂਸਲ 'ਚ ਸੁਧਾਰ ਲਈ ਸਾਲਾਂ ਤੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ 'ਚ ਮੋੜੀ ਰਿਹਾ ਹੈ ਤੇ ਉਸ ਦਾ ਕਹਿਣਾ ਹੈ ਕਿ 1945 ਜੋ ਸਥਾਪਿਤ 15 ਦੇਸ਼ਾਂ ਦੀ ਕੌਂਸਲ 21ਵੀਂ ਸਦੀ ਦੇ ਮਕਸਦ ਪੂਰੇ ਕਰਨ ਲਈ ਟੁਕਵੀ ਨਹੀਂ ਹੈ ਉਸ ਦਾ ਮੰਨਣਾ ਹੈ ਕਿ ਸਮਕਾਲੀ ਭੂ ਰਾਜਨੀਤਿਕ ਸਚਾਈਆਂ ਦੀ ਨਿਸ਼ਾਨਦੇਹੀ ਨਹੀਂ ਕਰਦੀ ਤੜਿਆਂ 'ਚ ਵੱਡੀ ਹੋਈ ਸੁਰੱਖਿਆ ਕੌਂਸਲ ਸ਼ਾਂਤੀ ਤੇ ਸੁਰੱਖਿਆ ਚੁਣੌਤੀਆਂ ਨਾਲ ਨਜਿੱਠਣ 'ਚ ناکਾਮ ਰਹੀ ਹੈ ਉਸਦੇ ਮੈਂਬਰ ਯੂਕਰੇਨ ਜੰਗ ਤੇ ਇਜ਼ਰਾਈਲ ਹਮਾਸ ਜੰਗ ਜਿਹੇ ਮੁੱਦਿਆਂ ਤੇ ਵੰਡੇ ਹੋਏ ਨੇ ਜੈ ਸ਼ੰਕਰ ਨੇ ਵੈਨੇਜ਼ੁਏਲਾ ਤੋਂ ਆਪਣੇ ਹਮਰੂਤਵਾ ਜਵਾਨ ਗੈਲਨਾਰ ਵੀ ਊਰਜਾ ਤੇ ਆਰਥਿਕ ਸਹਿਯੋਗ ਤੇ ਹੋਰ ਮੁੱਦਿਆਂ ਤੇ ਗੱਲਬਾਤ ਕੀਤੀ ਵਿਦੇਸ਼ ਮੰਤਰੀ ਨੇ ਬੰਗਲਾਦੇਸ਼ ਦੇ ਵਿਦੇਸ਼ ਮਾਮਲਿਆਂ ਬਾਰੇ ਸਲਾਹਕਾਰ ਤੌਹੀਦ ਹੁਸੈਨ ਨਾਲ ਮੁਲਾਕਾਤ ਕਰਕੇ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਬਾਰੇ ਵੀ ਚਰਚਾ ਕੀਤੀ ਤਰਪੁਰਾ ਵਿੱਚ ਪਾਵਨਦੀ ਸ਼ੁਦਾ ਜਥੇਵੰਦੀ ਨੈਸ਼ਨਲ ਲਿਬਰੇਸ਼ਨ ਫਰੰਟ ਆਫ ਤਰਪੁਰਾ ਤੇ ਆਲ ਤਰਪੁਰਾ ਟਾਈਗਰ ਫੋਰਸ ਦੇ ਲਗਭਗ 500 ਦੇਸ਼ਤਗਰਦਾਂ ਨੇ ਮੁੱਖ ਮੰਤਰੀ ਮਾਨਿਕ ਸਾਹਾ ਅੱਗੇ ਹਥਿਆਰ ਸੁੱਟ ਦਿੱਤੇ। ਸ਼ਿਪਾਹੀਜਾਲਾ ਜ਼ਿਲ੍ਹੇ ਦੇ ਜੰਬੂਈ ਜ਼ਾਲਾ ਵਿੱਚ ਸਮਾਗਮ ਦੌਰਾਨ ਦੇਸ਼ਤਗਰਦਾਂ ਦਾ ਮੁਖਤਾਰਾ ਵਿੱਚ ਸਵਾਗਤ ਕਰਦਿਆਂ ਸਾਹਾ ਨੇ ਕਿਹਾ ਕਿ ਅਤਵਾਦ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਹੈ। ਵੱਡੀ ਗੰਤੀ 'ਚ ਦੈਸ਼ਤਗਰਦਾਂ ਦੇ ਆਤਮ ਸਮਰਪਨ ਤੋਂ ਬਾਅਦ ਉਹਨਾਂ ਇਸ ਉੱਤਰ ਪੂਰਬੀ ਸੂਬੇ ਨੂੰ ਅਤਵਾਦ ਤੋਂ ਪੂਰੀ ਤਰ੍ਹਾਂ ਮੁਕਤ ਕਰਾਰ ਦਿੱਤਾ ਸਾਹ ਨੇ ਕਿ ਹੈ ਕੇਂਦਰ ਤੇ ਸੂਬਾ ਸਰਕਾਰਾਂ ਵੱਖ-ਵੱਖ ਯੋਜਨਾਵਾਂ ਸ਼ੁਰੂ ਕਰਕੇ ਲੋਕਾਂ ਦੇ ਸਰਪੱਖੀ ਵਿਕਾਸ ਲਈ ਕੰਮ ਕਰ ਰਹੀਆਂ ਨੇ ਸੀਨੀਅਰ ਅਧਿਕਾਰੀ ਨੇ ਦੱਸਿਆ ਐਨ ਐਲ ਐਫਟੀ ਤੇ ਏ ਡਬਲ ਟੀ ਐਫ ਦੇ ਕਰੀਬ 500 ਦਹਿਸ਼ਤਗਰਦਾਂ ਨੇ ਆਤਮ ਸਮਰਪਣ ਕਰ ਦਿੱਤਾ ਅਤੇ ਬਾਕੀ ਆਉਣ ਵਾਲੇ ਦਿਨਾਂ ਵਿੱਚ ਹਥਿਆਰ ਸੌਂਟ ਦੇਣਗੇ ਇਸ ਦੌਰਾਨ ਅਤਵਾਦੀਆਂ ਨੇ ਆਧੁਨਿਕ ਹਥਿਆਰ ਸੌਂਪ ਦਿੱਤੇ ਨੇ ਦਹਿਸ਼ਤਗਰਦਾਂ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਦੀ ਮੌਜੂਦਗੀ ਵਿੱਚ 4 ਸਤੰਬਰ ਨੂੰ ਦਿੱਲੀ ਤੇ ਕੇਂਦਰ ਤੇ ਸੂਬਾ ਸਰਕਾਰਾਂ ਨਾਲ ਹੋਏ ਸਮਝੌਤੇ ਤੇ ਸਾਈਨ ਕਰਨ ਤੋਂ ਬਾਅਦ ਆਤਮ ਸਮਰਪਣ ਕੀਤਾ ਕੇਂਦਰ ਨੇ ਦੋਮਾ ਜਥੇਬੰਦੀਆਂ ਦੇ ਦਹਿਸ਼ਤ ਦਾ ਦੇ ਮੁਰਵ ਸੇਵੀ ਲਈ 250 ਕਰੋੜ ਰੁਪਏ ਦੇ ਵਿੱਤੀ ਪੈਕੇਜ ਦਾ ਐਲਾਨ ਕੀਤਾ ਹੈ ਜਥੇਬੰਦੀਆਂ ਲਗਭਗ 2 ਦਹਾਕਿਆਂ ਤੱਕ ਸੂਬੇ ਵਿੱਚ ਸਰਗਰਮ ਰੰਗਾਂ ਨੇ ਅੱਜ ਦੀਆਂ ਖਬਰਾਂ ਇੱਥੇ ਹੀ ਸਮਾਪਤ ਹੁੰਦੀਆਂ ਨੇ ਇਸ ਬਲੇਟਨ ਦੇ ਸਪான்ਸਰਸ ਹਨ ਸ਼ੇਰਾਟਾ ਮੇਡ ਇਨ ਕੈਨੇਡਾ ਐਂਡ ਸਟਾਰਗੇਟ ਲੌਜਿਸਟਿਕ ਮੈਨੂੰ ਰਮਨ ਸਿੱਧੂ ਨੂੰ ਦਿਓ ਇਜਾਜ਼ਤ ਸਤਿ ਸ਼੍ਰੀ ਅਕਾਲ